ਜਾਲੀ ਸੈਨ ਕਰਕੇ ਬੀਬੀ ਜੀ ਤੇ ਉਹਨਾਂ ਨੇ ਤੇ ਇਲੈਕਸ਼ਨ ਵਾਪਸ ਕਰਨ ਦੀ ਆਪਣੀ ਫਾਈਲ ਵਾਪਸ ਕਰਨ ਦੀ ਉੱਥੇ ਉਹਨਾਂ ਸਾਜਿਸ਼ ਕੀਤੀ ਸੀ। ਮੈਨੂੰ ਕਹਿੰਦੇ ਜ਼ਬਰਦਸਤੀ ਵੀ ਸੈਨ ਕਰੋ, ਮੈਂ ਕਿਹਾ ਸੈਨ ਨਹੀਂ ਕਰਨੇ ਸੀ। ਡਾਕਟਰ ਸਾਹਿਬ ਕਿਤੇ ਮੰਨਣ ਸਿਆਹ ਨੇ ਮੇਰੇ ਨਾਲ ਬਹੁਤ ਜ਼ਬਰਦਸਤੀ ਕੀਤੀ, ਕਹਿੰਦੇ ਵੀ ਤੁਸੀਂ ਸੈਨ ਕਰੋ, ਮੈਂ ਕਿਹਾ ਸੈਨ ਨਹੀਂ ਮੈਂ ਕਰਨੇ, ਚਾਹੇ ਜੋ ਮਰਜ਼ੀ ਹੋ ਜਾਵੇ, ਅਸੀਂ ਤਾਂ ਇਲੈਕਸ਼ਨ ਲੜਾਂਗੇ। ਜਥੇਦਾਰ ਜੀ ਬਹੁਤ ਵੱਡੀ ਕੁਰਬਾਨੀ ਉਹਨਾਂ ਦੀ, ਉਹ ਬਹੁਤ ਸੇਵਾ ਕੀਤੀ, ਜੇਲ੍ਹਾਂ ਕੱਟੀਆਂ, ਉਹਨਾਂ ਦੇ ਕਰਕੇ ਮੈਂ ਆਪਣੀ ਬਰਾਦਰੀ ਕਰਕੇ ਸੈਨ ਨਹੀਂ ਕਰਨੇ। ਇੱਕ ਬਹੁਤ ਵੱਡਾ ਝਟਕਾ ਕਹਿ ਸਕਦੇ ਉਮੀਦਵਾਰ ਲਈ, ਤਿਆਰੀਆਂ ਚੱਲਦੀ ਪਈ, ਡੋਰ ਟੂ ਡੋਰ ਚੱਲਦਾ ਪਿਆ ਤੇ ਪਤਾ ਲੱਗਦਾ ਪਿਆ ਕਿ ਜਿਹੜੀ ਲੋਕਲ ਲੀਡਰਸ਼ਿਪ ਉਹਨੇ ਮਦਦ ਨਹੀਂ ਕਰਨਾ, ਕਿੱਦਾਂ ਰਿਐਕਸ਼ਨ ਸੀ? ਅਸੀਂ ਤਾਂ ਇਲੈਕਸ਼ਨ ਲੜਾਂਗੇ, ਸਾਡੀ ਮਦਦ ਜਿਹਨੇ ਵੀ ਕਰਨੀ ਕਰ ਸਕਦੇ ਨੇ, ਕਿਉਂਕਿ ਜਦੋਂ ਪਾਰਟੀ ਨੇ ਸਾਨੂੰ ਕਿਹਾ ਵੀ ਅਸੀਂ ਪੈਸੇ ਲਾਵਾਂਗੇ, ਤੁਸੀਂ ਇਲੈਕਸ਼ਨ ਲੜੋ, ਅਸੀਂ ਤਾਂ ਉਹਨਾਂ ਦੇ ਮੁਤਾਬਕ ਇਲੈਕਸ਼ਨ ਲੜ ਰਹੇ ਸੀ ਵੀ ਚਲੋ ਪੈਸੇ ਲਾਣਗੇ। ਹੁਣ ਉਹਨਾਂ ਨੇ ਕੱਲ੍ਹ ਸਾਨੂੰ ਕਿਹਾ ਵੀ ਅਸੀਂ ਪੈਸੇ ਨਹੀਂ ਲਾਵਾਂਗੇ, ਅਤੇ ਅਸੀਂ ਮੈਨੂੰ ਕਹਿੰਦੇ ਜ਼ਬਰਦਸਤੀ ਵੀ ਸੈਨ ਕਰੋ, ਮੈਂ ਕਿਹਾ ਸੈਨ ਨਹੀਂ ਕਰਨੇ ਸੀ। ਡਾਕਟਰ ਸਾਹਿਬ ਕਿਤੇ ਮੰਨਣ ਸਿਆਹ ਨੇ ਮੇਰੇ ਨਾਲ ਬਹੁਤ ਜ਼ਬਰਦਸਤੀ ਕੀਤੀ, ਕਹਿੰਦੇ ਵੀ ਤੁਸੀਂ ਸੈਨ ਕਰੋ, ਮੈਂ ਕਿਹਾ ਸੈਨ ਨਹੀਂ ਮੈਂ ਕਰਨੇ, ਚਾਹੇ ਜੋ ਮਰਜ਼ੀ ਹੋ ਜਾਵੇ। ਜਥੇਦਾਰ ਜੀ ਬਹੁਤ ਵੱਡੀ ਕੁਰਬਾਨੀ ਉਹਨਾਂ ਦੀ, ਉਹ ਬਹੁਤ ਸੇਵਾ ਕੀਤੀ, ਜੇਲ੍ਹਾਂ ਕੱਟੀਆਂ, ਉਹਨਾਂ ਦੇ ਕਰਕੇ ਮੈਂ ਆਪਣੀ ਬਲਾਦਰੀ ਕਰਕੇ ਸੈਨ ਨਹੀਂ ਕਰਨੇ, ਅਸੀਂ ਇਲੈਕਸ਼ਨ ਲੜਾਂਗੇ। ਕਹਿੰਦੇ ਕਾਗਜ਼ ਲੈ ਕੇ ਪਹੁੰਚ ਗਏ ਸੀ, ਉਹ ਕੀ ਸੀਗਾ? ਕਾਗਜ਼ ਅਸੀਂ ਕੋਈ ਨਹੀਂ ਲਏ, ਨਹੀਂ ਉਹ ਮੰਨੂ ਸਾਹਿਬ ਨੇ ਕਾਗਜ਼ ਲੈ ਕੇ ਉਹ ਨਕਲੀ ਕਾਗਜ਼ ਉਹਨਾਂ ਨੇ ਜੀ ਬੜੀ ਜਾਲੀ ਐਪਲੀਕੇਸ਼ਨ ਲਿਖ ਕੇ ਨਾ ਆਪਣੇ ਵੱਲੋਂ ਬੀਬੀ ਜੀ ਨਾਮ ਤੇ ਜਾਲੀ ਐਪਲੀਕੇਸ਼ਨ ਲਿਖ ਕੇ ਜਾਲੀ ਸੈਨ ਕਰਕੇ ਬੀਬੀ ਜੀ ਤੇ ਉਹਨਾਂ ਨੇ ਤੇ ਇਲੈਕਸ਼ਨ ਵਾਪਸ ਕਰਨ ਦੀ ਆਪਣੀ ਫਾਈਲ ਵਾਪਸ ਕਰਨ ਦੀ ਉੱਥੇ ਉਹਨਾਂ ਸਾਜਿਸ਼ ਕੀਤੀ ਸੀ। ਜਿੱਥੇ ਅਸੀਂ ਮੌਕੇ ਤੇ ਪਹੁੰਚ ਗਏ ਹਾਂ, ਦੱਸਿਓ ਤੇ ਆਰਓ ਸਾਹਿਬ ਨੂੰ ਜਾਂ ਕਮਿਸ਼ਨ ਸਾਹਿਬ ਨੂੰ ਸਿੱਧਾ ਕਿਹਾ ਕਿ ਅਸੀਂ ਇਲੈਕਸ਼ਨ ਵਾਪਸ, ਅਸੀਂ ਇਲੈਕਸ਼ਨ ਲੜਨੀ ਹੈ ਜੀ। ਸਾਈਨ ਫਿਰ ਇਹ ਤਾਂ ਮੰਨਣ ਸਾਹਿਬ ਨੇ ਆਪਣੇ ਸਾਈਨ ਕੀਤੇ ਇੱਕ ਜਗ੍ਹਾ ਤੇ, ਇੱਕ ਜਗ੍ਹਾ ਤੁਹਾਡਾ ਨਾਮ ਵੀ ਲਿਖਿਆ, ਇਹ ਤੁਸੀਂ ਕਿੱਥੇ? ਉਹ ਮੇਰੇ ਸਿਆਨ ਨਹੀਂ ਹੈਗੇ, ਇਹ ਤਾਂ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਇਹਨਾਂ ਨੇ ਐਪਲੀਕੇਸ਼ਨ, ਇਹ ਦੱਸਿਓ ਤੇ ਟੇਬਲ ਤੇ ਐਪਲੀਕੇਸ਼ਨ ਪਈ ਸੀ ਉੱਥੇ ਚੱਕੀ ਹੈ। ਸ਼ਿਕਾਇਤ ਦਓਗੇ ਹੁਣ ਜਾ ਕੇ? ਹਾਂਜੀ ਅਸੀਂ ਸ਼ਿਕਾਇਤ ਕਰਾਂਗੇ, ਪਰਚਾ ਕਰਾਂਗੇ ਅਸੀਂ ਉਹਨਾਂ ਦੀ। ਪਾਰਟੀ ਕਹਿੰਦੀ ਸੀ ਪੈਸੇ ਲਾਵਾਂਗੇ ਤੇ ਹੁਣ ਪਾਰਟੀ ਨੇ ਪੈਸੇ ਨਹੀਂ ਲਾਣੇ, ਫਿਰ ਕਿੱਦਾਂ ਚੱਲੂ ਕੰਮ? ਪਰਮੇਸ਼ਰ ਸਾਰੇ ਸਾਡੀ ਹੈਲਪ ਕਰੇ ਤੇ ਅਸੀਂ ਇਲੈਕਸ਼ਨ ਲੜਾਂਗੇ। ਕਿੰਨਾ ਕਿੰਨਾ ਨੂੰ ਅਪੀਲ ਕਰ ਚੁੱਕੇ ਹੋ ਤੁਸੀਂ ਹਜੇ ਤੱਕ ਜਾਂ ਫਿਰ ਕਰਨੀ ਹੈ? ਹੁਣ ਕਰ ਚੁੱਕੇ ਸਾਰੇ ਸੋਹਣੀ ਲੈਣਗੇ ਵੀ ਕਹਿ ਰਹੇ ਨੇ। ਫਿਲਹਾਲ ਕਿਹਨੂੰ ਤੁਸੀਂ ਕਰਨਾ ਚਾਹੋਗੇ, ਕਿਉਂਕਿ ਬਹੁਤ ਸਾਰੇ ਹੋਰ ਵੀ ਕਹਿ ਸਕਦੇ ਜਥੇਬੰਦੀਆਂ, ਜਾਂ ਫਿਰ ਉਹਨਾਂ ਨੂੰ ਅਪੀਲ ਕਰਨਾ ਚਾਹੋਗੇ? ਗੁਰਦੁਆਰੇ ਦੀ ਪ੍ਰਬੰਧਕ ਕਮੇਟੀ, ਜਿਹੜੇ ਸਾਰੇ ਸਿੱਖ ਸਰਦਾਰ ਸਾਡੇ ਭਾਈਚਾਰੇ ਨੂੰ ਸਾਰਿਆਂ ਨੂੰ ਅਪੀਲ ਕਰਾਂਗੇ ਵੀ ਸਾਡੀ ਸੀ ਤੇ ਕਿ ਭਾਈ ਅੰਮ੍ਰਿਤਪਾਲ ਹੁਣਾਂ ਦੇ ਮਾਤਾ ਪਿਤਾ, ਹਾਂਜੀ ਉਹ ਸਾਰਿਆਂ ਨੇ ਸੋਹਣੀ ਲਿਆ ਵੀ ਜੋ ਸਿੱਖਿਆ। ਹੋਰ ਕਿੰਨਾ ਕਿੰਨਾ ਨੂੰ ਕਰਨਾ ਚਾਹੁੰਦੇ ਸਾਡੇ ਪਾਰਟੀ ਵਾਲੇ? ਅਸੀਂ ਸਾਰੇ ਇਲਾਕਿਆਂ ਵਾਸਤੇ ਨੂੰ ਬੇਨਤੀ ਕਰਦੇ ਹਾਂ, ਕਿਉਂਕਿ ਦੇਖੋ ਜੀ ਇਲੈਕਸ਼ਨ ਜਿਹੜੀ ਹੈਗੀ ਨਾ, ਅੱਜ ਦੇ ਦੌਰ 'ਚ ਤਾਂ ਪੈਸਾ ਲੜੀ ਜਾਂਦੀ ਹੈ, ਕਿਉਂਕਿ ਅੱਜ ਕੱਲ੍ਹ ਜੋ ਰਿਵਾਜ ਬਣ ਗਿਆ ਲੋਕ ਇੱਥੇ, ਅੱਜ ਕੱਲ੍ਹ ਤਾਂ ਇਲੈਕਸ਼ਨ ਵੋਟਾਂ ਵਾਸਤੇ ਲੋਕੀ ਦਾਰੂ ਰਾਸ਼ਨ ਕੱਪੜੇ ਵੰਡਦੇ ਨੇ, ਠੀਕ ਹੈ? ਅਸੀਂ ਤਾਂ ਨਾ ਇਹਨੇ ਯੋਗੇ ਹੈਗੇ ਹਾਂ, ਨਾ ਇਹ ਸਧਾਰਨ ਪਰਿਵਾਰ, ਨਾ ਇਹਨੇ ਯੋਗਾ ਹੈਗਾ। ਪਰ ਕਿਹਨਾਂ ਨੂੰ ਅਪੀਲ ਕੀਤੀ ਤੁਸੀਂ ਜਿਸ ਤਰ੍ਹਾਂ? ਅਸੀਂ ਦੇਖੋ ਜਿਹੜਾ ਸਾਰੇ ਰਾਜਪੂਤ ਭਾਈਚਾਰੇ ਨੂੰ, ਜਿੰਨੇ ਸਾਡੇ ਜਲੰਧਰ ਸ਼ਹਿਰ ਦੀਆਂ ਸਿੱਖ ਸਭਾਵਾਂ ਗੁਰਦੁਆਰਾ ਸਾਹਿਬ ਨੂੰ, ਉਹਨਾਂ ਨੂੰ ਤੇ ਸਾਰੇ ਇਲਾਕਿਆਂ ਵਾਸੀਆਂ ਨੂੰ, ਭਾਈ ਅੰਮ੍ਰਿਤਪਾਲ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਕਰ ਰਹੇ ਹਾਂ, ਅਸੀਂ ਸਾਰੇ ਜਗ੍ਹਾ ਨੂੰ ਅਪੀਲ ਕਰ ਰਹੇ ਹਾਂ ਜੀ। ਨਾਮ ਤੁਸੀਂ ਕਿੰਨਾ ਕਿੰਨਾ ਨੂੰ ਕਰ ਰਹੇ ਹੋ? ਅਸੀਂ ਸਾਰਿਆਂ ਨੂੰ ਕਰ ਰਹੇ ਹਾਂ, ਸਾਰੇ ਭਾਈਚਾਰੇ ਨੂੰ ਕਰ ਰਹੇ ਹਾਂ, ਸਾਰੇ ਇਲਾਕਿਆਂ ਵਾਸੀਆਂ ਨੂੰ ਕਰ ਰਹੇ ਹਾਂ। ਜਿੰਨੇ ਤੁਸੀਂ ਜਿਸ ਤਰ੍ਹਾਂ ਪੀਸੀ 'ਚ ਗੱਲ ਕੀਤੀ ਕਿ ਭਾਈ ਅੰਮ੍ਰਿਤਪਾਲ ਉਹਨਾਂ ਦੇ ਪਰਿਵਾਰ ਨੂੰ ਜਾਂ ਫਿਰ ਹੋਰ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਕਰ ਰਹੇ ਹਾਂ, ਇੱਦਾਂ ਕਿੰਨਾ ਕਿੰਨਾ ਨੂੰ ਕਰ ਰਹੇ ਹਾਂ ਅਪੀਲ? ਮੈਂ ਤਾਂ ਉਹੀ ਕਹਿਣਾ ਕਿ ਅਸੀਂ ਕੋਈ ਪਰਟੀਕੁਲਰ ਇੱਕ ਬੰਦੇ ਨੂੰ ਅਪੀਲ ਨਹੀਂ ਕਰ ਰਹੇ, ਅਸੀਂ ਪੂਰੇ ਇਲਾਕਿਆਂ ਵਾਸੀਆਂ ਨੂੰ, ਅਸੀਂ ਪੂਰੇ ਸ਼ਹਿਰ ਨੂੰ ਅਪੀਲ ਕਰ ਰਹੇ ਹਾਂ ਕਿ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਇਹ ਗਰੀਬ ਪਰਿਵਾਰ ਹੈ, ਠੀਕ ਹੈ, ਇਹਨਾਂ ਦੀ ਮਦਦ ਕੀਤੀ ਜਾਵੇ ਤੇ ਇਲੈਕਸ਼ਨ 'ਚ ਜੋ ਇਹਨਾਂ ਨਾਲ ਧੱਕਾ ਕੀਤਾ, ਕਿਉਂਕਿ ਇੱਕ ਪਾਰਟੀ ਆਪਾਂ ਕਹਿੰਦੇ ਸਾਡੀ ਮਾਂ ਪਾਰਟੀ ਹੈ, ਇੱਕ ਬੰਦੇ ਨੇ 40 ਸਾਲ ਆਪਣੀ ਜ਼ਿੰਦਗੀ ਇੱਕ ਪਾਰਟੀ ਨੂੰ ਦੇ ਦਿੱਤੇ, ਆਪਣੀ ਮਾਂ ਨੂੰ ਦੇ ਦਿੱਤੇ, ਠੀਕ ਹੈ, ਐਂ ਤਾਂ ਪਿੱਛੇ ਛੁਰਾ ਮਾਰਦੇ ਪਏ ਹਾਂ। ਅਤੇ ਜੇ ਐਸੀ ਸਾਰੇ ਜਿਹੜੀ ਸਾਜਿਸ਼ ਹੈ ਨਾ, ਅਸੀਂ ਮੰਨਣ ਜਾਪ ਦੀ ਕੀਤੀ ਹੋਈ ਹੈ ਜੀ, ਕਿਉਂਕਿ ਉਹ ਚਾਹੁੰਦੇ ਸੀ ਉਹਨਾਂ ਤੁਹਾਨੂੰ। ਚੋਣ ਕਿੱਦਾਂ ਲੜੀ ਜਾਵੇ ਆਖਰੀ ਸਵਾਲ? ਚੋਣ ਦੇਖੋ ਜੀ, ਅਸੀਂ ਜਿੱਦੇ ਅੱਗੇ ਕੰਪੇਨਿੰਗ ਪੰਜ ਦੇ ਚੱਲ ਰਹੀ ਸੀ, ਉੱਥੇ ਕੋਈ ਮੰਨਣ ਸਾਹਿਬ ਤਾਂ ਆਏ ਨਹੀਂ ਸੀ, ਨਾ ਕੋਈ ਪਾਰਟੀ ਵਰਗਾ ਸੀ, ਅਸੀਂ ਆਪਣੇ ਚੋਣ ਲੜ ਰਹੇ ਸੀ ਨਾ, ਅਸੀਂ ਕੰਮ ਕਰ ਰਹੇ ਸੀ, ਅਸੀਂ ਹੁਣ ਵੀ ਕੰਮ ਕਰ ਲਾਂਗੇ। ਜਿਹੜੀ ਰਹੀ ਗੱਲ ਫਾਈਨੈਂਸ਼ੀਅਲ ਕੰਡੀਸ਼ਨ,
ਕਿ ਜਿੰਨੇ ਸਾਡੇ ਸਾਥ ਸੰਬੰਧੀ ਸਾਡੇ ਭੈਣ ਭਰਾ ਨੇ, ਸਾਡੇ ਵੀਰ ਕੋਈ ਬਾਹਰ ਬੈਠੇ ਨੇ ਰਾਜਪੂਤ ਭਾਈਚਾਰੇ ਦੇ, ਕਈ ਸਾਡੇ ਇਲਾਕਾ ਨਿਵਾਸੀ ਨੇ, ਅਸੀਂ ਸਭ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਪਰਿਵਾਰ ਦੀ ਮਦਦ ਕੀਤੀ ਜਾਵੇ, ਜਿੰਨਾ ਸਾਡੇ ਕੋਲ ਇਕੱਠ ਜੋੜ ਹੋਏਗਾ ਪੂਰਿਆ ਜਾਏਗਾ, ਅਸੀਂ ਉਹਨਾਂ ਪਰਿਵਾਰ ਨੂੰ ਮਦਦ ਕਰਕੇ ਦੇਵਾਂਗੇ।